ਗਿਆਨ ਦੀ ਨਗਰੀ ਚੈਨਲ ਵਿੱਚ ਸਵਾਗਤ ਹੈ ਸਭ ਦੋਸਤਾਂ ਦਾ। ਤੋ ਆਪ ਦੋਸਤੋ, ਅੱਜ ਇੱਕ ਫਿਰ ਨਵੀਂ ਗਿਆਨ ਦੀ ਗੱਲ ਆਪਦੇ ਨਾਲ ਸਾਂਝੀ ਕਰੀਏ। ਅੱਜ ਜੋ ਗਿਆਨ ਦੀ ਗੱਲ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ, ਇਸ ਵਿੱਚ ਆਪਾਂ ਸਾਂਝਾ ਕਰਨਾ ਕਿ ਆਪ ਜਾਣਦੇ ਹੋ 11ਵੇਂ ਸ਼ਰੀਫ ਦੇ ਦਿਨ ਜਿਹੜੇ ਸ਼ੁਰੂ ਹੋ ਗਏ ਨੇ। ਤੋ ਆਪ ਦੇ ਨਾਲ ਅੱਜ ਹਜ਼ਰਤ ਸੈਯਦਨਾ ਸ਼ੇਖ ਅਬਦੁਲ ਕਾਦਰ ਸ਼ਾਹ ਜਲਾਨੀ ਮਹਿਬੂਬੁਲ ਸੁਬਹਾਨੀ ਕੁਤਬ ਰਬਾਨੀ ਵਲੀਆਂ ਵਾਲੇ ਪੀਰਾਂ ਨੇ ਪੀਰ ਦਸਤਗੀਰ ਪੀਰ ਬੀਰਾ ਗੌਸ ਪਾਕ ਸਰਕਾਰ ਜੀ ਦੀ 11ਵੀਂ ਸ਼ਰੀਫ ਦਾ ਸੁਨੇਹਾ ਆਪ ਦੇ ਨਾਲ ਸਾਂਝਾ ਕਰਨਾ। ਆਪ ਜਾਣਦੇ ਹੋ ਕਿ 11ਵੇਂ ਸ਼ਰੀਫ ਦੇ ਦਿਨ ਜਿਹੜੇ ਨੇ ਉਹ ਸ਼ੁਰੂ ਨੇ। ਦਾਤਾ ਨੂੰ ਨੇਕ ਅਤੇ ਜਾਇਜ਼ ਦੁਆਵਾਂ ਕਰਨੀਆਂ ਨੇ, ਮਾਲਕ ਅੱਗੇ ਦੁਆਵਾਂ ਬੇਨਤੀਆਂ ਫਰਿਆਦਾਂ ਕਰਨੀਆਂ ਨੇ, ਹੋ ਸਕਦਾ ਜਿੰਨਾ ਉਹ ਸਦਕਾ ਕਰੀਏ ਤੋ ਦਾਤਾ ਨੂੰ ਯਾਦ ਕਰੀਏ, ਮਾਲਕ ਦੇ ਅੱਗੇ ਦੁਆਵਾਂ ਬੇਨਤੀਆਂ ਫਰਿਆਦਾਂ ਕਰੀਏ। ਤੋ ਜੋ ਇਸ ਵਾਰ 11ਵੀਂ ਸ਼ਰੀਫ ਆ ਰਹੀ ਹੈ, 16 ਤਰੀਕ ਹੈ, ਦਿਨ ਹੈ ਸ਼ੁੱਕਰਵਾਰ। 16 ਤਰੀਕ ਦਿਨ ਸ਼ੁੱਕਰਵਾਰ ਨੂੰ ਆਪਾਂ ਪੀਰਾਂ ਫਕੀਰਾਂ ਨੂੰ ਯਾਦ ਕਰਦੇ ਹੋਏ, ਦਾਤਾ ਨੂੰ ਯਾਦ ਕਰਦੇ ਹੋਏ 11ਵੀਂ ਸ਼ਰੀਫ ਦਾ ਖਾਤਮਾ ਦਵਾਉਣਾ। ਤੋ ਮਾਲਕ ਦੇ ਅੱਗੇ ਜਾਇਜ਼ ਅਤੇ ਨੇਕ ਦੁਆਵਾਂ ਜਿਹੜੀਆਂ ਉਹ ਕਰਦੀਆਂ ਨੇ, ਮਾਲਕ ਨਜ਼ਰੇ ਕਰਮ ਕਰਦੇ ਨੇ। ਸੋ ਅੱਜ ਲਈ ਇੰਨਾ ਹੀ, ਜਲਦ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਹੱਕ ਮੁਰਸ਼ਦ, ਸੱਚ ਮੁਰਸ਼ਦ।